ਚੋਰੀ ਦੀ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ ਜਦੋਂ ਦਿਨ ਦਿਹਾੜੇ ਚੋਰ ਪੇਚਕਸ ਨਾਲ ਬੰਦ ਪਈ ਦੁਕਾਨ ਦਾ ਦਰਵਾਜ਼ਾ ਖੋਲਦਾ ਹੈ ਤੇ ਗੱਲੇ ਚ ਪਏ 500-500 ਦੀਆਂ ਗੱਦੀਆਂ ਆਪਣੀ ਜੇਬਾਂ ਚ ਭਰ ਕੇ ਫਰਾਰ ਹੋ ਜਾਂਦਾ ਹੈ। ਚੋਰੀ ਦੀ ਇਹ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਸੰਗਰੂਰ ਤੋਂ, ਜਿੱਥੇ ਦਿਨ ਦਿਹਾੜੇ ਚੋਰ ਵੱਲੋਂ ਮੈਡੀਕਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰ ਵੱਲੋਂ ਇਸ ਦੁਕਾਨ ਤੋਂ 1.25 ਲੱਖ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ। ਚੋਰ ਵੱਲੋਂ ਇਸ ਘਟਨਾ ਨੂੰ ਅੰਜਾਮ ਉਸ ਵੇਲੇ ਦਿੱਤਾ ਗਿਆ ਜਦੋਂ ਦੁਕਾਨ ਮਾਲਕ ਆਪਣੇ ਘਰ 'ਚ ਪੈਦਾ ਹੋਏ ਪੋਤੇ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਜਾਂਦਾ ਹੈ। ਦਰਅਸਲ ਇਹ ਪੈਸੇ ਦੁਕਾਨ ਮਾਲਕ ਨੇ ਹਸਪਤਾਲ 'ਚ ਡਾਕਟਰਾਂ ਨੂੰ ਦੇਣ ਲਈ ਰੱਖੇ ਸਨ ਜੋ ਦੁਕਾਨ ਮਾਲਕ ਆਪਣੀ ਦੁਕਾਨ 'ਚ ਰੱਖ ਕੇ ਗਿਆ ਸੀ, ਪਰ ਚੋਰ ਨੂੰ ਇਸ ਦੀ ਭਣਕ ਪੈ ਗਈ ਤੇ ਦਿਨ ਦਿਹਾੜੇ ਲੁੱਟ ਨੂੰ ਅੰਜਾਮ ਦੇ ਦਿੱਤਾ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ, ਅਸੀਂ ਮਾਮਲਾ ਦਰਜ ਕਰ ਲਿਆ, ਚੋਰਾਂ ਦੀ ਭਾਲ ਜਾਰੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਥਾਣੇ ਦੇ ਕੋਲ ਹੀ ਦੁਕਾਨ ਹੈ, ਪਰ ਤਾਂ ਵੀ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਉਹ ਕਾਨੂੰਨ ਦੀ ਨੱਕ ਹੇਠਾਂ ਦਿਨ ਦਿਹਾੜੇ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ। ਸਰ, ਮੇਰੇ ਪੋਤਾ ਹੋਇਆ ਜੀ ਪਰਸੋਂ, ਅਤੇ ਕੱਲ੍ਹ ਛੁੱਟੀ ਮਿਲਣੀ ਸੀ ਉਹਨਾਂ ਨੂੰ। ਮੈਂ ਇੱਥੋਂ 1:30 ਵਜੇ ਗਿਆ ਸੀਗਾ ਅਤੇ ਮੈਂ ਪੈਸੇ ਦਾ ਅਰੇਂਜਮੈਂਟ ਕੀਤਾ ਜੀ, ਅਤੇ ਮਿਸਿਜ ਦਾ ਫੋਨ ਆਇਆ ਵੀ ਤੁਸੀਂ ਆ ਜਾਓ, ਵੀ ਡਾਕਟਰ ਸਾਹਿਬ ਛੁੱਟੀ ਦੇਣਗੇ। ਮੈਂ ਕਿਹਾ ਚਲੋ ਮੈਂ ਤੁਹਾਡੇ ਕੋਲ ਆ ਜਾਂਦਾ, ਅਤੇ ਉਸ ਤੋਂ ਮੈਂ ਜੋ ਇੱਥੋਂ 1:30 ਵਜੇ ਗਿਆ, ਅਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ, ਗਿਆ ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ। ਕਹਿੰਦਾ ਚਲੋ ਮੈਂ ਪੈਸੇ ਲੈ ਕੇ ਆਉਣਾ ਜਾ ਕੇ, ਅਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਆ ਜਾਓ। ਅਤੇ ਜੋ ਮੈਂ ਆ ਕੇ ਦੇਖਿਆ ਅਤੇ ਉੱਥੋਂ ਲੰਗਰ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ, ਅਤੇ ਗੇਟ ਮੇਰਾ ਅੱਧਾ ਖੁੱਲ੍ਹਾ ਪਿਆ ਸੀਗਾ। ਅਤੇ ਮੈਂ ਦੇਖਿਆ, ਮੈਂ ਇੱਕਦਮ ਪੈ ਪੀ ਦੇ ਗਿਆ। ਮੈਂ ਪੜੋਸੀਆਂ ਨੂੰ ਬੁਲਾਇਆ ਜੀ, ਉਹਨੂੰ ਦਿਖਾਇਆ, ਪੈ ਮੇਨ ਗੇਟ ਹੈ ਜੀ ਉਹ ਟੁੱਟਿਆ ਪਿਆ ਸੀਗਾ, ਗੱਲੇ ਦੀ ਪੇਚਕਸ ਮਾਰ ਕੇ ਉਹਨਾਂ ਨੇ ਗੱਲਾਂ ਤੋੜਿਆ। ਉਹਦੇ ਕਰੀਬ 1.25 ਲੱਖ ਰੁਪਈਆ ਸੀਗਾ ਉਹਦੇ ਵਿੱਚ, ਜਿਹੜਾ ਕਿ ਅਸੀਂ ਨੇ ਕਿਰਨ ਮੈਡਮ ਦੇ ਬੇਟਾ ਦਾਖਲ ਸੀਗਾ ਜੀ, ਅਤੇ ਉਹਨਾਂ ਨੂੰ ਪੈਸੇ। ਕੀ ਸਮਝੋ ਕਿ ਪੁਲਿਸ ਲੈਣ ਦੇ ਮਹਿਜ 500 ਗਜ਼ ਦੀ ਦੂਰੀ 'ਤੇ ਤੁਹਾਡੀ ਦੁਕਾਨ ਹੈ? ਹਾਂਜੀ, ਨਾਲ ਹੀ। ਅਤੇ 500 ਗਜ਼ 'ਤੇ ਦੂਸਰੇ ਪਾਸੇ ਸਿਟੀ 1 ਦਾ ਥਾਣਾ ਪੈ ਜਾਂਦਾ, ਦੋਹਾਂ ਦੇ ਵਿਚਾਲੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ, ਕਿਸ ਤਰ੍ਹਾਂ ਫੀਲ ਕਰੋ? CM ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈ, ਕੀ ਕਰੀਏ ਹੁਣ, ਦਿਨ ਦਿਹਾੜੇ ਕੰਮ ਹੋਇਆ ਜੀ, ਵਾਕਾ ਹੋਇਆ। ਡਰ ਹੀ ਨਹੀਂ ਹੈਗਾ ਕਿਸੇ ਨਾਲ? ਕਿਸੇ ਦਾ ਡਰ ਹੀ ਨਹੀਂ ਜੀ। ਕੀ ਕਿਸੇ ਤੋਂ ਕੋਈ ਤੁਹਾਨੂੰ ਸ਼ੱਕ ਹੈਗਾ ਕਿ ਵੀ ਕੌਣ ਬੰਦਾ ਹੋ ਸਕਦਾ? ਕੀ ਕਹਿ ਸਕਦੇ ਜੀ ਇਹਦੇ ਬਾਰੇ? ਕੋਈ ਤੁਹਾਨੂੰ, ਜਦੋਂ ਤੁਸੀਂ ਪੈਸੇ ਰੱਖੇ ਸੀ, ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ, ਕਿਸੇ ਨੂੰ ਕੋਈ ਹੋਵੇ ਇੱਦਾਂ ਦਾ? ਸਰ, ਐਂ ਨਾ, ਹੁਣ ਕਈ ਵਾਰ ਮੈਂ ਪੈਸੇ ਗਿਣ ਕੇ ਲੈ ਕੇ ਗਿਆ ਇੱਥੋਂ, ਥੋੜ੍ਹੇ ਜਿਹੇ 10,000 ਰੁਪਈਆ ਮੇਰਾ ਪਿਆ ਸੀ ਅਲੱਗ। ਮੈਂ ਕਿਹਾ ਚਲੋ ਮੈਂ ਬਾਅਦ ਦੇ ਵਿੱਚ ਲੈ ਕੇ ਜਾਊਂਗਾ, ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸਨ ਵਗੈਰਾ ਲੈਣ ਆਉਂਦੇ ਨੇ, ਹੋ ਸਕਦਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਦੇਖਿਆ। ਹੁਣ ਟੋਟਲ ਕਿੰਨੇ ਪੈਸੇ ਜਿਹੜੇ ਤੁਹਾਡੀ ਚੋਰੀ ਹੋਈ ਹੈ? 1.25 ਲੱਖ ਰੁਪਈਆ। 1.25 ਲੱਖ? ਤੇ ਉਹ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੈ ਗਏ? ਨਹੀਂ, ਹੋਰ ਨਹੀਂ ਕੁਛ ਲੈ ਕੇ। ਸਰ, ਕੋਈ CCTV ਆਈ ਹੈ ਸਾਹਮਣੇ, ਕੈਮਰੇ ਲੱਗੇ ਹੋਏ ਨੇ? ਹਾਂਜੀ, ਉਹ ਵੀਡੀਓ ਭੇਜਤੀ। ਠੀਕ, ਸਾਰੀਆਂ ਵੀਡੀਓ ਜਿਹੜੀਆਂ। ਕਿੰਨੇ ਕੁ ਵਜੇ ਦਾ ਟਾਈਮ ਸੀਗਾ ਜੀ? ਤਿੰਨ ਮੇਰੇ ਪੜੋਸੀ ਜੀ ਪ੍ਰਦੀਪ ਜੀ ਨੇ ਜੀ, ਉਹਨਾਂ ਦੀ ਬੇਟੀ 3:05 ਦੇ ਸਕੂਲੋਂ ਆਉਂਦੀ ਹੁੰਦੀ ਜੀ, ਬਚਪਨ ਸਕੂਲ 'ਚੋਂ, ਉਹ ਇੱਥੋਂ 3 ਵਜੇ ਸਹੀ ਗਏ ਨੇ ਜੀ, 3:07 ਦੇ ਕੰਮ। ਹੁਣ ਕੀ ਮੰਗ ਕਰਦੇ ਜੀ? ਹੁਣ ਕੀ ਮੰਗ ਕਰਦੇ? ਹੁਣ ਮੈਂ ਇਹੀ ਕਹਿ ਰਿਹਾ ਵੀ ਦੇਖਿਆ ਜਾਵੇ ਜੀ, ਮਾੜਾ ਜਿਹਾ ਦੇਖੋ ਵੀ ਬੰਦਾ ਕੌਣ ਹੈ ਜੀ। ਠੀਕ, ਇਹਦਾ ਜੀ ਸਰ। ਹਾਂਜੀ, ਐਡਵੋਕੇਟ ਪ੍ਰਦੀਪ ਆਤਿਸ਼, ਅਤੇ ਇਹ ਸਾਡੇ ਬਰਨਾਲਾ ਰੋਡ ਅਜੀਤ ਨਗਰ ਦੇ ਉੱਤੇ ਇੱਕ ਨਾ ਸੈਫੀ ਮੈਡੀਕਲ ਹਾਲ ਹੈ, ਮੇਰੇ ਵਧੀਆ ਦੋਸਤ ਨਰਿੰਦਰ ਜੀ, ਅਤੇ ਇਹਨਾਂ ਦੇ ਇੱਕ ਨਾ ਪੋਤਾ ਹੋਇਆ ਸੀ, ਉੱਥੇ ਗਏ ਸੀ ਹੋਸਪਿਟਲ ਦੇ ਵਿੱਚ, ਅਤੇ ਜਿਹੜਾ ਕਿ ਨਾ ਇੱਕ ਬੰਦਾ ਮੈਂ ਮੇਰੇ ਨਾਲ ਹੀ ਔਫਿਸ ਹੈਗਾ ਬਣਾਇਆ ਹੋਇਆ,
ਇੱਕ ਬੰਦਾ ਬਾਹਰ ਦੇਹਲੀਆਂ ਦੇ ਵਿੱਚ ਬੈਠਾ ਸੀ, ਮੈਨੂੰ ਇਸਮੇ ਉਹਨਾਂ ਦਾ ਪੇਸ਼ੈਂਟ ਹੋਏਗਾ ਕਿਤੇ, ਉਹ 3:00 ਅਪਰੋਕਸੀਮੇਟ 5 ਮਿੰਟ 'ਤੇ ਮੈਂ ਇੱਥੋਂ ਨਿਕਲਿਆ ਵਾਪਸ, ਅਤੇ 3:10 ਦਾ ਕਾਂਡ ਹੈ ਜੀ ਜਦੋਂ ਕੈਮਰੇ 'ਤੇ ਅਸੀਂ ਚੈੱਕ ਕੀਤਾ। 3:10 'ਤੇ ਬੰਦੇ ਨੇ ਪੇਚਕਾਸ ਦੇ ਨਾਲ ਸ਼ਟਰ ਖੋਲ੍ਹਿਆ, ਆ ਗੇਟ ਖੋਲ੍ਹੇ ਆ ਸ਼ਟਰ ਚੱਕ ਕੇ, ਔਰ ਲੋਕ ਖੋਲ੍ਹ ਕੇ ਗਲੇ ਦੇ ਵਿੱਚੋਂ 1.25 ਲੱਖ ਕਰੀਬ ਨਕਦੀ ਕੱਢ ਕੇ ਲੈ ਗਏ। ਲੈ ਕੇ ਉਹ ਗੇਟ ਖੋਲ੍ਹ ਕੇ ਫਟਾਫਟ ਚਲਾ ਗਿਆ, ਬੜੁੱਖਾ ਕਿਤੇ ਨੂੰ ਗਿਆ ਹੈਗਾ। ਅਸੀਂ ਇਹ ਕਹਿਣਾ ਚਾਹੁੰਦੇ ਪੁਲਿਸ ਲਾਈਨ ਨੇੜੇ ਹੈ ਅਤੇ ਨਾਲ ਹੀ ਸਿਟੀ ਵਨ ਥਾਣਾ ਪੈਂਦਾ ਹੈਗਾ, ਹੈ ਨਾ, ਅਤੇ ਸਾਰਾ ਦਿਨ ਇੱਥੇ ਨਫਰੀ ਰਹਿੰਦੀ ਆ। ਪੰਜਾਬ ਪੁਲਿਸ ਦੀ CM ਸਿਟੀ ਹੈ, ਔਰ ਯਾਰ ਇੱਡੇ ਐਡੇ ਐਡੇ ਗੰਦੇ ਕਾਂਡ ਹੋ ਰਹੇ ਨੇ, ਨਸ਼ੇੜੀ ਲੋਕ ਨੇ, ਜਾਂ ਤਾਂ ਇਹਨੂੰ ਬੜਾਵਾ ਦਿੱਤਾ ਜਾ ਰਿਹਾ ਨਸ਼ੇੜੀਆਂ ਨੂੰ, ਚੋਰਾਂ ਨੂੰ, ਠੀਕ ਹੈ, ਅਨਆਈਡੈਂਟੀਫਾਈਡ ਕਹਿ ਕੇ ਪੁਲਿਸ ਇਹਨੂੰ ਕੇਸਾਂ ਨੂੰ ਬੰਦ ਕਰ ਦਿੰਦੀ ਹੈ ਜੀ, ਸਾਨੂੰ ਬੰਦਾ ਲੱਭਿਆ ਨਹੀਂ ਹੈਗਾ, ਠੀਕ ਹੈ। ਹੁਣ ਤੁਹਾਨੂੰ ਪਤਾ ਹੀ ਹੈ, ਬਾਕੀ ਅਸੀਂ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਬੰਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ, ਕੱਲ੍ਹ ਦੀ ਰਿਪੋਰਟ ਲਿਖਾਈ, ਹਾਲੇ ਤੱਕ ਕੋਈ ਮੁਲਾਜ਼ਮ ਹੈ? ਮੇਰੇ ਕੋਲ ਹੁਣ ਮੁੰਡਾ ਆਇਆ ਸੀ, ਇਹਨਾਂ ਸਾਈਬਰ ਕ੍ਰਾਈਮ ਵਾਲਾ CCTV ਦੀ ਫੁਟੇਜ ਲੈ ਕੇ ਗਿਆ ਹੈਗਾ, ਵੈਸੇ ਆਲਰੇਡੀ ਮੈਂ SHO ਸਾਹਿਬ ਨੂੰ ਭੇਜ ਚੁੱਕੇ ਹਾਂ, ਠੀਕ ਹੈ। ਉਹ ਕੱਲ੍ਹ ਕਹਿੰਦੇ ਸੀ ਕਿ ਅਸੀਂ ਬੋਲੀਆਂ ਦੇ ਵਿੱਚ ਕੋਈ ਠੇਕਿਆਂ ਦੀਆਂ ਬੋਲੀਆਂ ਨੇ ਉਹਦੇ 'ਚ ਬਿਜ਼ੀ ਹਾਂ, ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ, ਅਸੀਂ ਲੱਭਾਂਗੇ ਬੰਦੇ ਨੂੰ ਜਿੰਨੀ ਕੋਸ਼ਿਸ਼ ਹੋ ਸਕਦੀ। ਉਹਨਾਂ ਨੇ ਆਸ਼ਵਾਸਨ ਦਿੱਤਾ, ਪਰ ਇੱਥੇ ਕ੍ਰਾਈਮ ਹੈ ਬਿਲਕੁਲ ਨਾਲ ਹੁੰਦੇ ਹੋਏ, ਸਾਹਮਣੇ 100 ਗਜ਼ ਦੀ ਦੂਰੀ ਦੇ ਉੱਪਰ ਪੁਲਿਸ ਲਾਈਨ ਹੈ ਅਤੇ ਮਹਿਜ਼ 150 ਗਜ਼ ਦੀ ਦੂਰੀ ਦੇ ਉੱਪਰ CT1 ਥਾਣਾ। ਪਰ ਐਡਾ ਵੱਡਾ ਕਾਂਡ ਹੋ ਜਾਣਾ ਸ਼ਰੇਆਮ, ਫਿਰ ਤਾਂ ਇੱਥੇ ਇਹ ਟੈਕਸਪੇਅਰ ਬੰਦੇ ਹੈ, ਠੀਕ ਹੈ, ਟੈਕਸਪੇਅਰ ਬੰਦੇ ਦੀ ਗਵਰਨਮੈਂਟ ਨੂੰ ਚਾਹੀਦੀ ਹੈ ਕਿ ਇਹਨਾਂ ਨੂੰ ਸਕਿਉਰਿਟੀ ਦੇਵੇ, ਸਕਿਉਰਿਟੀ ਚਾਹੀਦੀ ਹੈ ਅਤੇ PCR ਲਗਾਉਣ, ਤਾਂ ਦਿਨ ਦਿਹਾੜੇ ਚੋਰੀਆਂ, ਦਿਨ ਦਿਹਾੜੇ ਡਾਕਾ ਜੀ। ਕੀ ਸਮਝਦੇ ਤੁਸੀਂ ਕਿ ਚੋਰਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ ਰਿਹਾ? ਕੋਈ ਖੌਫ ਨਹੀਂ ਹੈ ਜੀ, ਪੁਲਿਸ ਦਾ ਕੋਈ ਖੌਫ ਨਹੀਂ ਹੈ ਚੋਰਾਂ, ਸ਼ਰੇਆਮ ਚੋਰੀਆਂ ਹੋ ਰਹੀਆਂ ਨੇ। ਤੁਹਾਨੂੰ ਵੀਡੀਓ ਦੇਖੋ ਤੁਸੀਂ, ਸ਼ਰੇਆਮ ਬੰਦਾ ਪੇਚਕਾਸ ਦੇ ਨਾਲ, ਅੱਛਾ ਉਹਨੂੰ ਜੇ ਬੰਦਾ ਕੋਈ ਇਕੱਲਾ ਹੋਵੇ ਵੀ ਤਾਂ ਉਹਨੂੰ ਕਿਵੇਂ ਟੱਕਰ ਦੇ ਸਕਦਾ, ਪੇਚਕਾਸ ਮਾਰ ਸਕਦਾ, ਉਹਨੂੰ ਇੰਜਰ ਕਰ ਸਕਦਾ, ਠੀਕ ਹੈ। ਤਾਂ ਕਰਕੇ ਇਸ ਟਾਈਮ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਘੱਟੋ ਘੱਟ PCR ਜ਼ਰੂਰ ਇਹਨਾਂ ਦੁਕਾਨਾਂ ਦੇ ਮੂਹਰੇ ਇੱਕ ਗੇੜਾ ਲੱਗੇ, ਠੀਕ ਹੈ। ਦੁਪਹਿਰ ਦੇ ਟਾਈਮ ਦਾਵਾ ਕੀਤਾ ਜਾਂਦਾ ਹੈ ਕਿ ਚੋਣ ਜ਼ਾਬਤਾ ਲੱਗਿਆ ਹੈ, ਸਾਡੇ ਵੱਲੋਂ ਨਾਕਾਬੰਦੀਆਂ ਕੀਤੀਆਂ ਗਈਆਂ, ਨਾਕੇ ਵਧਾਏ ਗਏ ਨੇ, ਗਸ਼ਤ ਵਧਾਈ ਗਈ ਹੈ, ਉਹਦੇ ਬਾਵਜੂਦ ਵੀ ਦਿਨ ਦਿਹਾੜੇ ਕੋਈ ਫਰਕ ਨਹੀਂ ਹੈ ਜੀ। ਸ਼ਰੇਆਮ ਚਿੱਟਾ ਵਿਕ ਰਿਹਾ, ਸ਼ਰੇਆਮ ਨਸ਼ੇੜੀ ਫਿਰਦੇ ਆ, ਸ਼ਰੇਆਮ ਇੱਥੇ ਸਾਰੇ ਕਾਂਡ ਸ਼ਰੇਆਮ ਹੋ ਰਹੇ ਨੇ, ਕੋਈ 1% ਦਾ ਫਰਕ ਨਹੀਂ। ਆਉਣੇ 5-7 ਦਿਨ ਪਹਿਲਾਂ 750 ਗ੍ਰਾਮ ਚਿੱਟਾ ਰਿਕਵਰ ਕੀਤਾ ਪੁਲਿਸ, ਠੀਕ ਹੈ। ਉਹ ਇਹਦੇ ਆਹ ਚੋਣ ਜ਼ਾਬਤੇ ਤੋਂ ਬਾਅਦ ਦੀ ਗੱਲ ਹੈਗੀ, ਸ਼ਰੇਆਮ ਨਸ਼ਾ ਵਿਕ ਰਿਹਾ ਜੀ, ਉਹੀ ਰਿਸ਼ਤੇ ਸੰਗਰੂਰ ਦੇ ਵਿੱਚ CM ਸਿਟੀ ਦੇ ਵਿੱਚ ਅਕਸਰ ਦੇਖਦੇ ਹਾਂ ਕਿ ਇਹ ਦਿਨ ਕਿਤੇ ਨਾ ਕਿਤੇ ਚੋਰੀਆਂ, ਪਹਿਲਾਂ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀਗੀਆਂ, ਠੀਕ ਹੈ ਜੀ, ਹੁਣ ਤਾਂ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ। ਲੋਕ ਆਪਣਾ ਕੀ ਕਹਿੰਦੇ ਨੇ, ਚੋਣ ਜ਼ਾਬਤਾ ਲੱਗਿਆ ਹੈ ਜੀ, ਐਡੇ ਐਡੇ ਕੈਮਰੇ ਲੱਗੇ ਹੋਏ ਨੇ ਗੱਡੀਆਂ 'ਤੇ, ਉਹ ਘੁੰਮ ਰਹੀਆਂ ਨੇਗੀਆਂ, ਅਤੇ ਪੁਲਿਸ ਦੇ ਨਾਕੇ ਵੀ ਲੱਗਦੇ ਨੇ, ਥੋੜ੍ਹੇ ਦਿਨ ਹੋਏ ਨੇ, ਪਹਿਲਾਂ ਫਲਾਇੰਗ ਮਾਰਚ ਵੀ ਕੀਤਾ ਗਿਆ ਹੈਗਾ, ਪਰ ਇਹਨਾਂ ਦਾ ਆਮ ਲੋਕਾਂ 'ਤੇ ਅਸਰ ਆ, ਜਿਹੜਾ ਕੋਈ ਜਿਹੜਾ ਚੰਗਾ ਬੰਦਾ ਉਸ ਚੀਜ਼ ਨੂੰ ਉਹਨਾਂ ਦਾ ਡਰ ਵੀ ਸਾਡੇ ਤੋਂ ਗਲਤੀ ਨਾ ਹੋ ਜਾਵੇ, ਪਰ ਜਿਹੜੇ ਚੋਰ ਨੇ ਗੇ ਪ੍ਰੋਫੈਸ਼ਨਲ ਨੇ, ਉਹਨਾਂ ਦੇ ਲਈ ਕੋਈ ਮਤਲਬ ਚੋਣ ਜ਼ਾਬਤਾ ਨਹੀਂ, ਕੋਈ ਪੁਲਿਸ ਦੇ ਕੈਮਰੇ ਨਹੀਂ, ਕੋਈ ਕੁਛ ਨਹੀਂ ਹੈਗਾ। ਅਕਸਰ ਦੇਖਿਆ ਜਾਂਦਾ ਜੀ ਮੁਹੱਲਿਆਂ ਦੇ ਵਿੱਚ, ਗਲੀਆਂ ਦੇ ਵਿੱਚ, ਦਿਨ ਦਿਹਾੜੇ ਕਿਸੇ ਦੀ ਚੈਨੀ ਖੋਹ ਕੇ ਲੈ ਗਏ, ਕਿਸੇ ਦਾ ਮੋਬਾਈਲ ਖੋਹ ਕੇ ਲੈ ਗਏ, ਜਿਹੜਾ ਖੋਹ ਕੇ ਲੈ ਗਏ ਜਾਂ ਪੈਸਾ ਕੱਢ ਕੇ ਲੈ ਗਿਆ ਦੁਬਾਰੇ ਮਿਲਿਆ ਨਹੀਂ। ਮਿਲ ਵੀ ਜਾਵੇ ਜੇ ਕੋਈ ਬੰਦਾ ਲੱਭ ਵੀ ਜਾਵੇ, ਜੇ ਉਹਦੀ ਪੇਮੈਂਟ ਆ ਜਾਂ ਕੋਈ ਉਹਦੀ ਕੋਈ ਮੋਟਰਸਾਈਕਲ ਆ, ਉਹ ਥਾਣੇ ਦੇ ਵਿੱਚ ਖੜੇ ਖੜੇ ਹੀ ਖਰਾਬ ਹੋ ਜਾਂਦੇ ਨੇ, ਪਰ ਉਹਨਾਂ ਨੂੰ ਮਿਲਦਾ ਨਹੀਂ। ਅਸੀਂ ਤਾਂ ਇੱਥੋਂ ਇੱਕ ਗੱਲ ਕਰਦੇ ਹਾਂ ਜੀ, CM ਸਿਟੀ ਹੋਵੇ, 2 ਸਾਲ ਹੋ ਗਏ ਆਮ ਸਰਕਾਰ ਬਣੀ ਨੂੰ, ਇਹ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਅਸੀਂ ਨੇ ਵੋਟ ਪਾਈ ਸੀ, ਪਰ ਜਿੱਥੇ ਦੇਖਿਆ ਜਾਂਦਾ ਵੀ ਇਹ ਚੀਜ਼ਾਂ ਵਧੀਆ ਨੇ, ਗਲੀਆਂ ਮੁਹੱਲਿਆਂ ਦੇ ਵਿੱਚ ਨਸ਼ੇੜੀ ਫਿਰਦੇ ਨੇ, ਠੀਕ ਹੈ ਜੀ, ਕਿਹਦੇ ਨਾਲ ਕੋਈ ਲੁੱਟ ਖੋਹ ਕਰ ਜਾਣ, ਜੇ ਖੜਾ ਵੀ ਦਿੰਦੇ ਆ ਜਾਂ ਫੜੇ ਵੀ ਜਾਂਦੇ ਨੇ ਤਾਂ ਮਿੰਟ ਲਾਉਂਦੇ ਨੇ ਉਹਦੀ ਜ਼ਮਾਨਤ ਕਰਾਉਣ ਨੂੰ, ਦੂਜੇ ਦਿਨ ਹੀ ਉਹ ਬੰਦਾ ਫਿਰ ਮਤਲਬ ਫਿਰਦਾ ਗਾ, ਨਸ਼ੇ ਕਰਦਾ ਜਾਂ ਨਸ਼ੇ ਵੇਚਦਾ ਜਾਂ ਕੁਛ ਵੀ ਆ। ਪਰ ਇਹਦੇ ਵਿੱਚ ਜਿਹੜਾ ਇੱਕ ਕਾਨੂੰਨ ਆ ਨਾ, ਜਿਹੜਾ ਕਾਨੂੰਨ ਆ ਉਹਦਾ ਕਾਨੂੰਨ ਦਾ ਡਰ
ਆਮ ਬੰਦੇ ਨੂੰ ਆ, ਸ਼ਰੀਫ ਬੰਦੇ ਨੂੰ ਆ, ਜਿਹੜੇ ਚੋਰ ਨੇ ਸਮਲਗਰ ਨੇ ਉਹਨਾਂ ਨੂੰ ਕੋਈ ਡਰ ਨਹੀਂ, ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਮਿਲੀ ਭੁਗਤ ਆ। ਕੀ ਕਹਿਣਾ ਦਿਨ ਦਿਹਾੜੇ ਦੁਕਾਨ ਦੇ ਵਿੱਚ ਚੋਰੀ ਹੋਈ ਹੈ? ਬਿਲਕੁਲ ਜੀ, ਦਿਨ ਦਿਹਾੜੇ ਉਰੇ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਬੈਠਦੇ ਨੇ ਸਾਹਮਣੇ ਨੇ, ਐਸ ਐਸ ਪੀ ਸਾਹਿਬ ਇੱਥੇ ਬੈਠਦੇ ਨੇ, ਸਾਰੇ ਜ਼ਿਲ੍ਹੇ ਦੀ ਪੁਲਿਸ ਉਰੇ ਹੈਗੀ, ਆਹ ਲਾਈਨਾਂ ਟੱਪ ਕੇ ਜੀ ਸਾਡੇ ਸੀ ਡੀ ਵਨ ਠਾਣਾ ਗਾ ਐਪਲੀਕੇਸ਼ਨ ਲਿਖਾਈ ਹੋਈ ਆ। ਚਲੋ ਮੰਨ ਲੈਂਦੇ ਹਾਂ ਮਜਬੂਰੀਆਂ ਹੋਣਗੀਆਂ, ਕੱਲ੍ਹ ਐਸ ਐਚ ਓ ਸਾਹਿਬ ਨੂੰ ਵੀ ਮੈਂ ਫੋਨ 'ਤੇ ਗੱਲ ਕੀਤੀ, ਉਹ ਵੀ ਕਹਿੰਦੇ ਜੀ ਅਸੀਂ ਇਹਨੂੰ ਟਰੇਸ ਕਰਾਂਗੇ, ਅਸੀਂ ਇਹਦਾ ਉਹ ਕਰਾਂਗੇ। ਪਰ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਵੀ ਅੱਜ ਤੱਕ ਕਿੰਨੇ ਚੋਰਾਂ ਤੋਂ ਰਿਕਵਰੀਆਂ ਕਰਵਾਤੀਆਂ, ਕਿੰਨਿਆਂ ਨੂੰ ਪੈਸੇ ਮੜਵਾਤੇ ਜਾਂ ਕਿੰਨਿਆਂ ਨੂੰ ਇਹਨਾਂ ਨੇ ਮੋਬਾਈਲ ਮੜਵਾਤੇ, ਕਿੰਨਿਆਂ ਦੇ ਮੋਟਰਸਾਈਕਲ ਵਾਪਸ ਆਏ? ਪਰਚਾ ਦਰਜ ਜ਼ਰੂਰ ਹੁੰਦਾ, ਕਾਰਵਾਈ ਹੁੰਦੀ ਆ, ਉਹ ਬੰਦੇ ਨੂੰ ਉੱਥੇ ਭੇਜਣਾ, ਜ਼ਮਾਨਤ ਕਰਾ ਕੇ ਫਿਰ ਬਾਹਰ ਆ ਕੇ ਫਿਰ ਕੰਮ ਸ਼ੁਰੂ ਕਰ ਦਿੰਦਾ ਜੀ। ਪਰ ਇਹ ਜਿੱਥੇ ਤੱਕ ਦੇਖਿਆ ਜਾਵੇ 2 ਸਾਲਾਂ ਦੇ ਵਿੱਚ ਬਿਲਕੁਲ ਫੱਟੀ ਪੁੱਜੀ ਪਈ ਆ ਜੀ ਆਮ ਲੋਕਾਂ ਦੀ। ਬਸ ਇਹਦੇ ਕਰਕੇ ਮਾਨ ਸਾਹਿਬ ਨੂੰ ਬੇਨਤੀ ਕਰਦੇ, ਇਹਦੇ ਵੱਲ ਧਿਆਨ ਦੇਣ, ਸੰਗਰੂਰ ਵੱਲ ਧਿਆਨ ਦੇਣ। 100 ਗਜ਼ ਦੀ ਦੂਰੀ 'ਤੇ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ, ਕੀ ਕਹਿਣਾ, ਕਿੰਨੇ ਦੀ ਚੋਰੀ ਦੀ? ਹਾਂ, ਰਾਤ 6 ਵਜੇ ਦੇ ਕਰੀਬ ਸਾਡੇ ਕੋਲ ਮੇਰੇ ਇਨਫੋਰਮੇਸ਼ਨ ਆਈ ਸੀਗੀ ਵੀ ਚੋਰੀ ਹੋਈ ਹੈ। ਮੈਂ ਆਪ ਹੀ ਮੌਕੇ 'ਤੇ ਗਿਆ ਸੀਗਾ, ਉਹ ਦੁਕਾਨ ਬੰਦ ਸੀਗੀ, ਛੋਟਾ ਝਗੜਾ ਵੀ ਹੋਇਆ ਸੀ, ਮੈਂ ਉਹ ਮੌਕੇ 'ਤੇ ਗਿਆ ਸੀਗਾ। ਅਸੀਂ ਫੋਟੋਜ਼ ਲੈ ਲਈਆਂ ਨੇ ਇਹਦੀਆਂ, ਅਤੇ ਅੱਜ ਐਫ ਆਈ ਆਰ ਲੌਂਚ ਕਰ ਰਹੇ ਹਾਂ, ਅਤੇ ਅਸੀਂ ਆਪਣੇ ਜਿਹੜੇ ਸੋਰਸਿਸ ਉਹ ਵੀ ਲਾਤੇ, ਅਤੇ ਆਪ ਵੀ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ, ਸੀ ਸੀ ਟੀ ਵੀ ਕੈਮਰੇ। ਬਹੁਤ ਜਲਦ ਇਹ ਜਿਹੜੇ ਚੋਰ ਹੈਗੇ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ। ਸਰ ਕਿਸ ਤਰ੍ਹਾਂ ਦੇ ਦਿਓ ਕਿ ਥਾਣਾ ਵੀ ਬਿਲਕੁਲ ਨੇੜੇ ਅਤੇ ਐਸ ਐਸ ਪੀ ਜਿਹੜੇ ਪੁਲਿਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਆ ਕਿ ਚੋਰਾਂ ਨੂੰ ਇੱਥੇ ਕੋਈ ਕੌਫ ਹੋਏਗਾ ਜਿਹੜਾ ਚੋਰੀ ਕਰ ਰਿਹਾ? ਨਹੀਂ, ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਿਆਲ ਖੁੱਲ੍ਹਾ ਸੀਗਾ, ਦੂਜੀ ਗੱਲ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾ ਗਾ, ਰੇਲਵੇ ਲਾਈਨ ਕਰੋਸ ਉੱਪਰ ਦੀ ਜਾਣਾ ਪੈਂਦਾ ਗਾ। ਥਾਣੇ ਲਈ ਕੋਈ ਗੱਲ ਨਹੀਂ, ਪੁਲਿਸ ਪੂਰੀ ਮੁਸਤੈਦ ਆ, ਅਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਹੈਗੀ ਆ ਆਪਣੇ ਹਰ ਹੀਲਾ ਵਰਤੋਗੇ, ਅਤੇ ਮਾੜੇ ਅਨਸਰ ਨੂੰ ਅਸੀਂ ਦੱਬ ਕੇ ਹੀ ਜਿਹੜਾ ਹੈਗਾ ਨੱਪ ਕੇ ਸਾਹ ਲਵਾਂਗੇ। ਕੀ ਸਮਝਦੇ ਹੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੇਂਜ ਹੈ ਵੀ ਪੁਲਿਸ ਲਾਈਨ ਦੇ ਸਾਹਮਣੇ ਚੋਣ ਜਾਬਤਾ ਲੱਗਿਆ ਹੋਇਆ ਅਤੇ ਥਾਣੇ ਦੇ ਬਿਲਕੁਲ ਨਾਲੇ 1.25 ਲੱਖ ਦੀ ਵੱਡੀ ਚੋਰੀ ਹੈ ਜੀ? ਪੁਲਿਸ ਤਾਂ ਹਰ ਇੱਕ, ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ, ਪੁਲਿਸ ਲਈ ਚੈਲੇਂਜ ਆ, ਅਤੇ ਅਸੀਂ ਹਰ ਇੱਕ ਸ਼ਹਿਰ ਦੇ ਵਸਿੰਦੇ ਨੂੰ ਭਰੋਸਾ ਦਿਵਾਉਂਦੇ ਹਾਂ ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਆ, ਅਤੇ ਜਿੱਥੇ ਵੀ ਇਹ ਮਾੜੇ ਅਨਸਰ ਕੋਈ ਕਾਰਵਾਈ ਕਰਨਗੇ, ਪੁਲਿਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੂਗੀ।